ਫਾਈਨਲ ਐਗਜ਼ਾਮ ਦੇ ਵਿੱਚ ਜਿੰਨਾ ਬੱਚਿਆਂ ਦੇ ਸਕੋਰ ਸਪੀਕਿੰਗ ਦੇ ਵਿੱਚੋਂ ਘਟਦੇ ਆ ਉਹਦੇ ਕਈ ਰੀਜ਼ਨਸ ਹੁੰਦੇ ਆ। ਫਸਟ ਰੀਜ਼ਨ ਕੀ ਆ? ਫਲੂਐਂਸੀ। ਸਪੀਕਿੰਗ ਦੇ ਵਿੱਚ ਸਕੋਰ ਲੈਣੇ ਆ, ਫਲੂਐਂਸੀ ਦੇ ਸਕੋਰ ਹੁੰਦੇ ਆ। ਫਲੂਐਂਸੀ ਨੂੰ ਬੱਚੇ ਕਹਿੰਦੇ ਕਿ ਉਹਨਾਂ ਨੇ ਸਪੀਡ ਨਾਲ ਬੋਲਣਗੇ ਤੇ ਉਸ ਫਲੂਐਂਸੀ ਉਹਨਾਂ ਦੀ ਆ ਜਾਏਗੀ। ਪਲੀਜ਼, ਸਪੀਡ ਨਾਲ ਨਹੀਂ ਬੋਲਣਾ ਹੁੰਦਾ, ਤੁਹਾਨੂੰ ਇੱਕ ਪੇਸ, ਨੋਰਮਲ ਪੇਸ ਰੱਖਣਾ ਪੈਂਦਾ। ਇੱਕ ਲਾਈਨ ਟੂ ਲਾਈਨ ਬੋਲਣਾ ਚਾਹੀਦਾ, ਸਟੈਪ ਟੂ ਸਟੈਪ ਬੋਲਣਾ ਪੈਂਦਾ। ਇੱਕ ਤਰ੍ਹਾਂ ਦਾ ਰਿਦਮ ਹੋਣਾ ਚਾਹੀਦਾ, ਜਿੱਦਾਂ ਦਾ ਤੁਹਾਡਾ ਰੀਡ ਅਲਾਊਡ ਚ ਸੇਮ ਤੁਹਾਡਾ ਰਿਪੀਟ ਸੈਂਟੈਂਸਿਸ 'ਚ ਹੋਵੇ, ਉਸੇ ਤਰ੍ਹਾਂ ਦਾ ਤੁਹਾਡਾ ਡਿਸਕ੍ਰਾਈਬ ਇਮੇਜ ਤੇ ਰੀਟੇਲ ਲੈਕਚਰ ਦੇ ਵਿੱਚ ਹੋਣਾ ਚਾਹੀਦਾ। ਸਟੂਡੈਂਟਸ ਕੀ ਕਰਦੇ, ਰੀਡ ਅਲਾਊਡ ਦੇ ਵਿੱਚ ਉਹਨਾਂ ਦੀ ਸਪੀਡ ਹੋਰ ਹੁੰਦੀ ਆ, ਰਿਪੀਟ ਸੈਂਟੈਂਸ ਦੇ ਵਿੱਚ ਹੈਜ਼ੀਟੇਸ਼ਨ ਹੁੰਦੀ ਆ। ਡਿਸਕ੍ਰਾਈਬ ਇਮੇਜ ਤੇ ਰੀਟੇਲ ਲੈਕਚਰ ਵਿੱਚ ਉਹਨਾਂ ਨੂੰ ਟੈਂਪਲੇਟ ਯਾਦ ਹੁੰਦਾ, ਟੈਂਪਲੇਟ ਯਾਦ ਹੋਣ ਦੇ ਕਾਰਨ ਉਹਨਾਂ ਦੀ ਬਹੁਤ ਜ਼ਿਆਦਾ ਸਪੀਡ ਹੁੰਦੀ ਆ। ਇਹੀ ਰੀਜ਼ਨ ਹੈਗਾ ਕਿ ਤੁਹਾਡੇ ਸਪੀਕਿੰਗ ਦੇ ਵਿੱਚੋਂ ਵਾਰ ਵਾਰ ਸਕੋਰ ਘੱਟ ਰਹੇ ਆ। ਜੇ ਤੁਹਾਡੇ ਸਪੀਕਿੰਗ ਦੇ ਵਿੱਚੋਂ ਵਾਰ ਵਾਰ ਸਕੋਰ ਘੱਟ ਰਹੇ ਆ, ਤੁਸੀਂ ਕੀ ਕਰਨਾ ਹੈਗਾ? ਆਪਣੀ ਸਪੀਡ ਨੂੰ ਨੋਰਮਲ ਐਂਡ ਨੈਚੁਰਲ ਸਪੀਡ ਨਾਲ ਜੇ ਤੁਸੀਂ ਬੋਲੋਗੇ, ਡੈਫੀਨੇਟਲੀ ਤੁਹਾਡੇ ਸਪੀਕਿੰਗ ਦੇ ਵਿੱਚੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਊਗੀ। ਇੱਕ ਚੀਜ਼ ਹੋਰ ਆ ਕਿ ਕੁਛ ਵੀ ਫੇਕ ਐਕਸੈਂਟ ਨਹੀਂ ਬੋਲਣਾ, ਨੋਰਮਲ ਤੁਹਾਡਾ ਨੈਚੁਰਲ ਐਕਸੈਂਟ ਹੋਣਾ ਚਾਹੀਦਾ ਤੇ ਤੁਹਾਡੀ ਨੈਚੁਰਲ ਸਾਊਂਡ ਹੋਣੀ ਚਾਹੀਦੀ ਹੈ। ਜੇ ਤੁਹਾਡੀ ਸਾਊਂਡ ਥੋੜ੍ਹੀ ਉੱਚੀ ਆ ਤਾਂ ਕੋਈ ਇਸ਼ੂ ਨਹੀਂ, ਜੇ ਤੁਹਾਡੀ ਬਹੁਤ ਲੋ ਆ ਤਾਂ ਕੋਈ ਇਸ਼ੂ ਨਹੀਂ, ਬਟ ਆਪਣੀ ਹੋਵੇ। ਜੇ ਤੁਹਾਡੀ ਆਪਣੀ ਸਾਊਂਡ ਹੋਊਗੀ ਉਹਦੇ ਨਾਲ ਕੀ ਹੋਊਗੀ, ਵਰਡ ਕਲੈਰਿਟੀ ਵੀ ਆਉਂਦੀ ਹੈ, ਕੌਨਫੀਡੈਂਸ ਵੀ ਬਣਦਾ ਆ। ਤਾਂ ਪਲੀਜ਼ ਆਪਣੀ ਨੈਚੁਰਲ ਸਾਊਂਡ ਦੇ ਵਿੱਚ ਬੋਲ ਕੇ ਆਓ ਤੇ ਐਗਜ਼ਾਮ ਦੇ ਵਿੱਚ ਵਧੀਆ ਸਕੋਰਸ ਅਚੀਵ ਕਰੋ। ਥੈਂਕ ਯੂ।